तरनतारन दे थाना सिटी पेंदे सरहाली रोड स्थित स्केट ट्रेनिंग कंपनी ठेका शराब विचों बीती रात नूं चोरां वल्लों ठेके दा शटर तोड़ के शराब अते नगदी चोरी की गई। पुलिस मामले की पड़ताल कर रही है। असी PCR दस्ते दे नाल मैं गश्त कर रहा सी रात ते करीब 1:30 बजे असी वेख्या भी ठेके का जिहड़ा शटर आ उह थोड़ा जिहा कोटक दे करीब तां नूं चुक्या होया ते सरिये दे नाल उहदे जिहड़े उहनूं शटर नूं जिहड़ा उह अपना किसे ने कुट्टण की कोशिश की है ते असी फिर ठेकेदार दे जिहड़े मालक आ स्केत ट्रेडिंग एंड कंपनी दे उहनां नूं असी मैं उहनां दा फोन नंबर लै के उहनां नूं फोन किया भी तुहाडे इदां ठेके दे जिहड़ी है ਕਿਸੇ ਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਰੀਬ 1:30 ਘੰਟੇ ਬਾਅਦ ਠੇਕਿਆਂ ਦੇ ਠੇਕੇਦਾਰਾਂ ਦਾ ਕਰਿੰਦਾ ਕ੍ਰਿਸ਼ਨ ਸ਼ਰਮਾ ਆ ਉਹ ਨਾਲ ਆਇਆ ਆਪਣੇ ਹੋਰ 3-4 ਮੁਲਾਜ਼ਮ ਲੈ ਕੇ ਅਤੇ ਉਹਨਾਂ ਨੇ ਫਿਰ ਆਪ ਕਰਕੇ ਅਤੇ ਸ਼ਟਰ ਤਾਂ ਚੁੱਕ ਕੇ ਚੈੱਕ ਚੁੱਕ ਕੀਤਾ ਆ ਜਿਨ੍ਹਾਂ ਨੇ ਦੱਸਿਆ ਵੀ ਗੱਲੇ ਦੇ ਵਿੱਚ ਥੋੜ੍ਹਾ ਜਿਹਾ ਸਾਡਾ ਕੈਸ਼ ਸੀ ਅਤੇ ਸ਼ਰਾਬ ਬਾਰੇ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਸੁਬਾਹ ਤੁਹਾਨੂੰ ਸਟੋਕ ਚੈੱਕ ਕਰਕੇ ਜਿਹੜਾ ਉਹ ਸਲਾਹ ਦਿੱਤਾ। ਅਤੇ ਕੀ ਦੱਸਿਆ ਸਵੇਰੇ ਸਰ ਕਿੰਨੀ ਕੁ ਚੋਰੀ ਕਰਦੇ ਹੋ? ਸਵੇਰੇ ਉਹ ਤਾਂ ਕਹਿੰਦੇ ਵੀ ਸ਼ਰਾਬ ਦੀ ਚੋਰੀ ਸਾਡੀ ਕਾਫੀ ਹੋਈ ਹੈ ਪਰ ਰਾਹ ਅਜੇ ਤਸਦੀਕ ਚੱਲ ਰਹੀ ਹੈ। ਜਿੰਨਾ ਚਿਰ ਪੜਤਾਲ ਨਹੀਂ ਹੁੰਦੀ ਸਟਾਕ ਰਜਿਸਟਰ ਇਹਨਾਂ ਦਾ ਚੈੱਕ ਕਰਾਂਗੇ ਉਸ ਹਿਸਾਬ ਨਾਲ ਜਿਹੜੀ ਅਗਲੀ ਬਣਦੀ ਕਾਰਵਾਈ ਜਿਹੜੀ ਉਹ ਮੁੱਕ ਜਾਂਦੀ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।